ਬਹੁਤ ਜਦੋਂ ਦੀ ਮੈਨੂੰ ਮੈਂ ਪਾਲੀ ਸੀ ਮੈਨੂੰ ਤਾਂ ਸਾਰੇ ਜਵਾਬਕਤੋ ਪੇੜੀਏ ਮੈਂ ਉਹਨਾਂ ਦੀ ਯੂਨੀਵਰਸਿਟੀ ਨਾਲ ਕੰਟੈਕਟ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਵੀ ਨਈ ਮੀਡੀਆ ਵਾਲੇ ਜ਼ਿਆਦਾ ਗੱਲ ਫਲੈਸ਼ ਕਰਦੇ ਆ ਵੀ ਐਦਾਂ ਦਾ ਇੱਥੇ ਮੈਡਮ ਕੁਝ ਨਹੀਂਗਾ ਮੈਂ ਕਹੀ ਜਾਨੀਆ ਤਾਂ ਬਾਹਰ ਜਾਣਾ ਆਪਦਾ ਕਾਗਜ਼ ਪੱਤਰ ਸਾਬਕੇ ਰੱਖੀ ਪੁੱਤ ਜੇ ਉਸ ਤੋਂ ਹੋ ਕੇ ਜਾਈ ਉਹ ਕਹਿੰਦੀ ਬੀਬੀ ਮੈਂ ਕਿਹੜਾ ਕਮਲੀਆਂ ਮੈਂ ਕਿਹੜਾ ਪਹਿਲੀ ਵਾਰ ਬਾਹਰ ਚੱਲੀ ਆ ਜਿਸ ਦਿਨ ਹੀ ਉਸਨੇ ਚੜਨਾ ਸੀ ਉਹਨੂੰ ਮੇਲ ਆ ਗਈ ਵੀ ਤੁਹਾਡਾ ਪਲੇਨ ਮਿਸ ਆ ਤੇ ਉਸ ਤੋਂ ਬਾਅਦ ਉੱਥੇ ਬੰਬਾਰੀ ਨਾਲ ਦੀ ਨਾਲ ਹੋਣ ਲੱਗੀ ਬੇਟੀ ਨੇ ਸਾਨੂੰ ਫੋਟੋ ਵੀ ਪਾਈਆਂ ਪਰ ਵੱਡੀ ਗੱਲ ਤਾਂ ਇਹ ਆ ਵੀ ਸਾਡੇ ਇੰਡੀਆ ਦੀ ਜੇ ਸਾਰੇ ਇੰਡੀਆ ਦੇ ਸਟੱਡੀ ਵਗੈਰਾ ਜਾਂ ਐਜੂਕੇਸ਼ਨ ਇਸ ਤਰ੍ਹਾਂ ਦੀ ਉਸ ਫ੍ਰੀ ਹੋਵੇ ਤਾਂ ਬੱਚਿਆਂ ਨੂੰ ਬਾਹਰ ਭੇਜਣ ਦੀ ਦਿੱਕਤ ਹੀ ਨਾ ਆਵੇ ਇਧਰ ਸਟੱਡੀ ਜਿਆਦਾ ਐਜੂਕੇਸ਼ਨ ਮਹਿੰਗੀ ਹੈਗੀ ਆ ਤਾਂ ਤਾਂ ਹੀ ਬਾਹਰ ਬੱਚਿਆਂ ਨੂੰ ਭੇਜਦੇ ਆ ਸੀ ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਮੈਂ ਗੁਰਪ੍ਰੀਤ ਤਣਕੀ ਜਿਵੇਂ ਤੁਹਾਨੂੰ ਪਤਾ ਹੈ ਇੱਕ ਰੂਸ ਅਤੇ ਯੂਕਰੇਨ ਦੇ ਵਿਚਾਲੇ ਵੱਡੀ ਪੱਧਰ ਤੇ ਜੰਗ ਲੱਗੀ ਹੋਈ ਹੈ ਇਸ ਜੰਗ ਦੇ ਕਾਰਨ ਬਣੇ ਤਣਾਅਪੂਰਵਕ ਮਾਹੌਲ ਦੇ ਵਿੱਚ 18000 ਦੇ ਕਰੀਬ ਭਾਰਤੀ ਜਿਹੜੇ ਫਸੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ 4000 ਨੂੰ ਭਾਰਤ ਸਰਕਾਰ ਦਾਵਾ ਕਰਦੀ ਹੈ ਕਿ 4000 ਵਿਅਕਤੀਆਂ ਨੂੰ ਉੱਥੇ ਚਾਹੇ ਉਹ ਪੜਨ ਗਏ ਸੀ ਚਾਹੇ ਉਹ ਕੰਮ ਕਰਨ ਗਏ ਸੀ ਉਹਨਾਂ ਨੂੰ ਸੁਰੱਖਿਅਤ ਉੱਥੋਂ ਕੱਢ ਲਿਆ ਗਿਆ ਹੈ ਬਹੁਤ ਸਾਰੇ ਸਟੂਡੈਂਟ ਅਜੇ ਵੀ ਉੱਥੇ ਫਸੇ ਹੋਏ ਨੇ ਜੋ ਮੈਟਰੋ ਸਟੇਸ਼ਨਾਂ ਦੇ ਉੱਤੇ ਆ ਜਿਆ ਯੂਨੀਵਰਸਟੀਆਂ ਦੇ ਹੋਸਟਲਾਂ ਦੇ ਵਿੱਚ بڑے ਬੇਸਮੈਂਟਾਂ ਦੇ ਵਿੱਚ ਜਿਹੜੇ ਰਾਤਾਂ ਕੱਟਣ ਲਈ ਮਜਬੂਰ ਨੇ ਉਹਨਾਂ ਕੋਲੇ ਭੋਜਨ ਦੀ ਕਮੀ ਹੈ ਪਾਣੀ ਦੀ ਕਮੀ ਹੈ ਤੇ ਉਹਨਾਂ ਕੋਲੇ ਬਹੁਤ ਵੱਡੀ ਪੱਧਰ ਤੇ ਜਿਹੜਾ ਸਮਾਨ ਨਹੀਂ ਹੈ ਜੋ ਉਹਨਾਂ ਨੂੰ ਜਿਹੜਾ ਰੋਜ਼ਬਾਰਾ ਦੀ ਜ਼ਿੰਦਗੀ ਵਿੱਚ ਵਰਤਣ ਵਾਸਤੇ ਮਿਲ ਸਕੇ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਮਹਿਲਕਲਾ ਨਾਲ ਸੰਬੰਧਤ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਦੇ ਜਿਹੜੇ ਧੀ ਪੁੱਤ ਨੇ ਉੱਥੇ ਉੱਚ ਵਿੱਦਿਆ ਪ੍ਰਾਪਤ ਕਰਨ ਗਏ ਪਰ ਜੰਗ ਕਾਰਨ ਬਣੇ ਤਣਾਅਪੂਰਵਕ ਮਾਹੌਲ ਦੇ ਵਿੱਚ ਅੱਜ ਉੱਥੇ ਫਸ ਗਏ ਪਰਿਵਾਰ ਉਹਨਾਂ ਦੀ ਸਹੀ ਸਲਾਮਤ ਵਾਪਸੀ ਲਈ ਦੁਆ ਕਰ ਰਹੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਵੀ ਕਿਸ ਕਿਸਮ ਦੇ ਹਾਲਾਤ ਉੱਥੇ ਬਣੇ ਹੋਏ ਨੇ ਤਾਂ ਮਹਿਲਕਲਾਂ ਤੋਂ ਅਸੀਂ ਬੈਠੇ ਆ ਡਾਕਟਰ ਕੇਸਰ ਖਾਨ ਉਹਨਾਂ ਕੋਲੇ ਇਹਨਾਂ ਦੇ ਖੁਦ بیٹے ਨੇ ਮੁਹੰਮਦ ਸ਼ਕੀਲ ਜੋ ਉੱਥੇ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਹੋਏ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਡਾਕਟਰ ਸਾਹਿਬ ਕੀ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਉੱਥੇ ਬਣੇ ਹੋਏ ਸਰਚੇ ਹਾਲਾਤ ਆ ਉੱਥੇ ਬਹੁਤ ਨਾਜਿਕ ਚੱਲ ਰਹੇ ਨੇਗੇ ਬੰਬ ਬਲਾਸਟ ਹੋ ਰਹੇ ਨੇਗੇ ਉੱਥੇ ਠੀਕ ਹੈ ਨਾ ਬੱਚੇ ਬਹੁਤ ਸਹਿਮੇ ਹੋਏ ਨੇਗੇ ਤੇ ਪਰਸੋ ਤਾਂ ਬੱਚਿਆਂ ਨੇ ਮਤਲਬ ਉੱਥੇ ਸੀਗੀ ਮੈਟਰੋ ਸਟੇਸ਼ਨ ਨੀਚੇ ਹੈਗਾ ਉੱਥੇ ਉਹਨਾਂ ਨੇ ਰਾਤ ਕੱਟੀ ਹੈ ਰਾਤ ਉਹਨਾਂ ਨੇ ਬੱਚਿਆਂ ਨੇ ਰਾਤ ਨੀਚੇ ਉਹਨਾਂ ਦੀ ਜੋ ਫਲੈਟ ਹੈਗਾ ਉਹਦੇ ਥੱਲੇ ਬੇਸਮੈਂਟ ਬਣਿਆ ਹੋਇਆਗਾ ਉਹ ਚ ਰਾਤ ਕੱਟੀ ਆ ਤੇ ਬੱਚੇ ਬਹੁਤ ਘਬਰਾਏ ਹੋਏ ਨੇਗੇ ਠੀਕ ਹੈ ਨਾ ਬਾਕੀ ਉਹਨਾਂ ਨੂੰ ਖਾਣ ਪੀਣ ਦੀ ਵੀ ਸਹੂਲਤ ਪੂਰੀ ਨਹੀਂ ਹੈ ਉੱਥੇ ਪਾਣੀ ਦੀ ਸ਼ਾਰਟੇਜ ਚੱਲ ਰਹੀ ਆ ਤੇ ਖਾਣੇ ਦੀ ਵੀ ਹੈ ਨਹੀਂ ਪ੍ਰੋਬਲਮ ਜਿਆਦਾ ਤੇ ਕਾਫੀ ਦਿੱਕਤ ਆ ਰਹੀਆਂ ਨੇ ਬੱਚਿਆਂ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਪੜਨ ਗਏ ਉਹਨੂੰ ਤੇ ਕੀ ਕਿਹੜੀ ਪੜਾਈ ਉੱਥੇ ਕਰਨਗੇ ਹਾਂ ਆਪਣਾ ਬੱਚਾ ਜੀ ਤਕਰੀਬਨ ਇਹ 25 ਸਤੰਬਰ 2017 ਨੂੰ ਗਿਆ ਸੀਗਾ ਜੀ ਉਹਨੂੰ ਇਸ ਟਾਈਮ 5 ਸਾਲ ਹੋ ਗਏ ਉੱਥੇ ਬੱਚੇ ਨੂੰ ਸਟੱਡੀ ਕਰਦੇ ਉਹ ਐਮਬੀਬੀਐਸ ਦੀ ਮੈਡੀਕਲ ਦੀ ਸਟੱਡੀ ਕਰ ਰਿਹਾ ਹੈਗਾ ਠੀਕ ਹੈ ਅਗਲੇ ਸਾਲ ਉਹਦਾ ਕਲੀਅਰ ਹੋ ਜਣੀ ਸੀ ਡਿਗਰੀ ਪਰ ਹੁਣ ਹਾਲਾਤ ਇਹਨੇ ਜਿਆਦਾ ਨਾਜ਼ੁਕ ਨੇ ਵੀ ਵੀ ਕਾਫੀ ਦਿੱਕਤ ਆ ਰਹੀਆਂ ਨੇ ਬੱਚੇ ਨੂੰ ਤੇ ਇੱਕ ਗੱਲਬਾਤ ਹੁੰਦੀ ਰਹਿੰਦੀ ਹੈ ਹਾਂਜੀ ਹਾਂ ਸਾਡੀ ਗੱਲਬਾਤ ਉਹ ਬੱਚਿਆਂ ਨਾਲ ਫੋਨ ਤੇ ਪਰਸੋਂ ਵੀ ਹੋਈ ਸੀਗੀ ਤੇ ਰਾਤੀ ਵੀ ਹੋਈ ਆ ਕੱਲ ਸਵੇਰੇ ਵੀ ਹੋਈ ਸੀਗੀ ਪਰ ਉਹ ਇੰਨੀ ਜ਼ਿਆਦਾ ਨਹੀਂ ਗੱਲ ਹੋ ਬਸ ਥੋੜੀ ਉੱਤੇ ਬੱਚੇ ਬਸ ਘਰ ਆਏ ਵੀ ਹੈਗੇ ਨੇ ਬਸ ਬਾਤ ਤਾਂ ਉਹਨਾਂ ਦੀ ਥੋੜੀ 2 ਮਿੰਟ 2 ਮਿੰਟ ਕਰਕੇ ਬਸ ਫੋਨ ਕੱਟ ਜਾਂਦੇ ਨੇਗੇ ਇੱਕ ਮਤਲਬ ਜਿੱਥੇ ਉਹ ਰਹਿੰਦੇ ਨੇ ਉੱਥੇ ਜਿਹੜਾ ਮਾਹੌਲ ਕਿਵੇਂ ਦਾ ਖਾਣ ਪੀਣ ਦਾ ਕੋਈ ਪ੍ਰਬੰਧ ਹੈ ਉੱਥੇ ਜਾਂ ਪਾਣੀ ਜਿਵੇਂ ਤੁਸੀਂ ਪਾਣੀ ਦੀ ਸ਼ਾਰਟੇਜ ਬਹੁਤ ਚੱਲ ਰਹੀ ਹੈ ਨੇ ਖਾਣ ਪੀਣ ਦਾ ਤਾਂ ਉਹ ਤਾਂ ਬਾਹਰ ਤਾਂ ਉਹ ਦੇਖੋ ਤਾਂ ਫੋਰਸ ਲੱਗੀ ਹੋਈ ਹੈ ਆ ਬੱਚੇ ਬਾਹਰ ਤਾਂ ਨਿਕਲ ਨਹੀਂ ਰਹੇ ਉਥੋਂ ਠੀਕ ਹੈ ਨਾ ਤੇ ਹੋਰ ਕਿਸੇ ਕਿਸਮ ਦੇ ਸਰਕਾਰੀ ਤੌਰ ਤੇ ਜਾਂ ਕਿਸੇ ਰਾਜਨੀਤਿਕ ਆਗੂ ਨੇ ਥੋੜਾ ਜਿਹੜਾ ਸਾਰ ਲਈ ਇੱਥੇ ਹਾਂਜੀ ਹਾਂ ਕੱਲ ਸਾਡੇ ਇੱਥੇ ਮਲਕਨਾ ਸੀਐਡੀ ਦਾ ਆਫਿਸ ਹੈਗਾ ਉਥੋਂ ਵੀ ਕਾਲ ਲਈਆਂ ਸੀਗੀਆਂ ਤੇ ਫਿਰ ਬਰਨਾਲੇ ਤੋਂ ਵੀ ਆਈਆਂ ਨਿਗੀਆਂ ਉਹਨਾਂ ਨੇ ਬੱਚਿਆਂ ਦੇ ਜੋ ਡਾਕੂਮੈਂਟ ਹੈਗੇ ਨੇ ਪਾਸਪੋਰਟ ਜੋ ਉਹਨਾਂ ਦੇ ਆਈਡੀ ਪ੍ਰੂਵ ਨੇ ਉਹ ਲੈ ਨਹੀਂ ਗੇ ਤੇ ਉਹ ਕਹਿ ਰਹੇ ਵੀ ਅਸੀਂ ਗਾਂ ਤਾਂ ਭੇਜ ਰਹੇ ਹਾਂ ਜੀ ਜੀ ਸਾਹਿਬ ਨੂੰ ਤੇ ਕਿੰਨਾ ਇੱਕ ਖਰਚਾ ਆ ਗਿਆ ਤੁਹਾਡਾ 55 ਸਾਲਾਂ ਦੌਰਾਨ ਉੱਥੇ ਸਟੱਡੀ ਤੇ ਤੇ ਤਕਰੀਬਨ ਜੀ ਨੀਅਰ ਬਾਰਡਰ 60-65 ਲੱਖ ਦੇ ਕਰੀਬ ਖਰਚਾ ਆਊਗਾ ਸਾਡਾ ਜੀ ਬੱਚਿਆਂ ਦਾ ਤੇ ਹੁਣ ਉਹਨਾਂ ਕੋਲੇ ਜਿਹੜਾ ਰਹਿਣ ਸਹਿਣ ਵਾਸਤੇ ਪੈਸੇ ਆ ਪੈਸੇ ਹੈਗੇ ਉਹਨਾਂ ਕੋਲੇ ਉੱਥੇ ਬਸੋ ਤਕਰੀਬਨ ਮੰਤਰੀ ਉਹਨਾਂ ਨੂੰ ਖਰਚਾ ਭੇਜ ਰਹੇ ਹਾਂ ਜੀ ਅਸੀਂ ਹੋ ਗਏ ਹਫਤੇ ਤੱਕ ਪਹਿਲਾਂ ਉਹਨਾਂ ਨੂੰ ਖਰਚਾ ਭੇਜਿਆ ਸੀਗਾ ਉਸ ਖਰਚਾ ਵੀ ਉਹਨਾਂ ਨੇੜੇ ਲੱਗਿਆ ਹੋਊਗਾ ਹੁਣ ਦੁਬਾਰਾ ਹੋਰ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਭੇਜਣ ਦੀ ਪਰ ਉੱਥੇ ਬੈਂਕਾਂ ਬੰਦ ਨੇਗੀਆਂ ਏਟੀਐਮ ਬੰਦ ਕਰਤੇ ਉਥੇ ਡਾਕਟਰ ਸਾਹਿਬ ਇੱਕ ਕੀ ਹੁੰਦਾ ਵੀ ਅਕਸਰ ਜਿਹੜੇ ਮਾਪੇਓ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਮਤਲਬ ਉਹਨਾਂ ਨੂੰ ਬਾਹਰ ਭੇਜਦੇ ਨੇ ਆਪਣੇ ਤੋਂ ਪਾਸੇ ਭੇਜਦੇ ਜਦੋਂ ਉਹ ਇੱਥੋਂ ਗਏ ਸੀ ਕਿਤੇ ਸੋਚਿਆ ਸੀ ਵੀ ਆਹ ਦਿਨ ਵੀ ਦੇਖਣੇ ਪੈਣਗੇ ਨਾ ਨਾ ਇਹ ਤਾਂ ਸੋਚੇ ਨਹੀਂ ਸੀਗਾ ਸਰ ਪਰ ਵੱਡੀ ਗੱਲ ਤਾਂ ਇਹ ਆ ਵੀ ਸਾਡੇ ਇੰਡੀਆ ਦੀ ਜੇ ਸਾਰੇ ਇੰਡੀਆ ਦੇ ਸਟੱਡੀ ਵਗੈਰਾ ਜਾਂ ਐਜੂਕੇਸ਼ਨ ਇਸ ਤਰ੍ਹਾਂ ਦੀ ਕੁਝ ਫ੍ਰੀ ਵਾਂਗ ਹੋਵੇ ਤਾਂ ਬੱਚਿਆਂ ਨੂੰ ਬਾਹਰ ਭੇਜਣ ਦੀ ਦਿੱਕਤ ਹੀ ਨਾ ਆਵੇ ਇਧਰ ਸਟੱਡੀ ਜਿਆਦਾ ਐਜੂਕੇਸ਼ਨ ਮਹਿੰਗੀ ਹੈਗੀ ਆ ਤਾਂ ਤਾਂ ਹੀ ਬਾਹਰ ਬੱਚਿਆਂ ਨੂੰ ਭੇਜਦੇ ਆ ਸੀ ਤੇ ਹੁਣ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਦੇਖੋ ਜਿਸ ਤਰ੍ਹਾਂ ਇਸ ਪੰਜਾਬ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਬੱਚੇ ਜਿੰਨੇ ਵੀ ਸਾਡੇ ਇੰਡੀਅਨ ਬੱਚੇ ਨੇ ਸਟੱਡੀ ਕਰਨ ਗਏ ਹੋਏ ਨੇਗੇ ਉਹ ਸਹੀ ਸਲਾਮਤ ਇੰਡੀਆ ਲੈਂਦੇ ਜਾਣ ਠੀਕ ਆ ਬਾਕੀ ਜੋ ਉਹਨਾਂ ਦਾ ਲਿਆਉਣ ਦਾ ਖਰਚਾਗਾ ਤਾਂ ਉਹ ਸਰਕਾਰ ਨੂੰ ਆਪਣੇ ਆਪ ਚੱਕਣਾ ਚਾਹੀਦਾਗਾ ਠੀਕ ਆ ਤੇ ਜਦੋਂ ਉਹਨਾਂ ਨਾਲ ਗੱਲਬਾਤ ਕਰਦੀ ਹੈ ਕਰੀ ਕਰਦੇ ਹਾਂ ਤੁਸੀਂ ਫੋਨ ਤੇ ਤਾਂ ਕਿਉਂਕਿ ਆਪਾਂ ਨੂੰ ਆਵਾਜ਼ ਤੋਂ ਪਤਾ ਲੱਗ ਜਾਂਦਾ ਵੀ ਕਿਵੇਂ ਲੱਗਦਾ ਮਤਲਬ ਉਹ ਬੁਲੰਦ ਆ ਨੇ ਜਾਂ ਡਰੇ ਹੋਈ ਨੇ ਜਾਂ ਕਿਵੇਂ ਨਹੀਂ ਜਦੋਂ ਉਹ ਬੱਚੇ ਗੱਲ ਕਰਦੇ ਨੇ ਬੱਚੇ ਤਾਂ ਸਹਿਮੇ ਬਹੁਤ ਨੇ ਬਹੁਤ ਡਰ ਕੇ ਗੱਲ ਕਰ ਰਹੇ ਨੇਗੇ ਘਬਰਾਏ ਹੋਏ ਨੇਗੇ ਪਰ ਉਹਨਾਂ ਨੂੰ ਦਲਾਸਾ ਦੇਈਦਾ ਕੋਈ ਗੱਲ ਨਹੀਂ ਬੈਠੇ ਕੋਈ ਨਹੀਂ ਪੰਜ ਚਾਰ ਚਾਰ ਬੱਚੇ ਗਰੁੱਪ ਚ ਤੁਸੀਂ ਇਕੱਠੇ ਰਹੋ ਇੱਕ ਇੱਕ ਜਗ੍ਹਾ ਉਹ ਜੋ ਜਿਹੜੇ ਦੂ ਦੂਰ ਲੱਗੇ ਪਰ ਬੱਚੇ ਸਹਿਮੇ ਵੀ ਗੱਲ ਕਰਦੇ ਨੇ ਡਰ ਕੇ ਗੱਲ ਕਰ ਰਹੇ ਨੇਗੇ ਇਤਨਾ ਕਿਤੇ ਡਾਕਟਰ ਸਾਹਿਬ ਪਰਿਵਾਰ ਦੇ ਵਿੱਚ ਵੀ ਬਹੁਤ ਇੱਕ ਤਰ੍ਹਾਂ ਦਾ ਹੋਣਾ ਕਿਉਂਕਿ ਜੰਗ ਦੇ ਮਤਲਬ ਇੱਕ ਤਰ੍ਹਾਂ ਦੇ ਮੌਤ ਦੇ ਮੂੰਹ ਵਾਲੀ ਗੱਲ ਬਣੀ ਪਈ ਹੈ ਕਿਉਂਕਿ ਕੋਈ ਵੀ ਆਸ ਨਹੀਂ ਦਿਖ ਰਹੀ ਸਰਕਾਰ ਆਪਣੇ ਤੌਰ ਤੇ ਕਹਿੰਦੀ ਹੈ ਮੈਂ ਉਪਰਾਲੇ ਕਰ ਰਹੀ ਹਾਂ ਨਹੀਂ ਸਰਕਾਰ ਤਾਂ ਹੁਣ ਟੀਵੀ ਤੇ ਨਿਊਜ਼ ਆ ਰਹੇ ਨੇ ਵੀ ਆਪਣੇ ਪ੍ਰਾਈਮ ਮਿੰისტਰ ਮੋਦੀ ਜੀ ਨੇ ਵੀ ਗੱਲ ਕਰੀ ਆ ਉਹਨਾਂ ਨੇ ਰਾਜਨਾਸ਼ੀ ਨੇ ਵੀ ਗੱਲ ਕਰੀ ਆ ਪਰ ਉੱਥੇ ਜੇ ਹਾਲਾਤ ਇਹ ਨੇ ਜਿਆਦਾ ਵਿਗੜੇ ਹੋਣਗੇ ਪਰ ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਉੱਥੇ ਜਿਹੜੇ ਬੱਚੇ ਤੇ ਕੁਝ ਪਹੁੰਚ ਨਹੀਂ ਰਿਹਾ ਬੱਚਿਆਂ ਤੱਕ ਹੈਲਪ ਨਹੀਂ ਹੋ ਰਹੀ ਪਰ ਕਹਿ ਰਹੇ ਨੇ ਸਰਕਾਰਾਂ ਵੀ ਅਸੀਂ ਕੋਸ਼ਿਸ਼ ਕਰ ਰਹੇ ਆਂ ਬਾਕੀ ਉਹ ਦੋ ਤਿੰਨ ਕੰਟਰੀਆਂ ਦੇ ਤੇ ਪੋਲੈਂਡ ਵਗੈਰਾ ਜਾਂ ਹੋਰ ਉਹਨਾਂ ਦੇ ਸਾਈਡ ਤੋਂ ਕੱਢਣਗੇ ਬੱਚਿਆਂ ਨੂੰ ਪਰ ਹਜੇ ਕੋਈ ਸਾਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਜਿਹੜੇ ਸਰਕਾਰ ਕਹਿੰਦੀ ਕੁਝ ਸਟੂਡੈਂਟ ਉਹਨੇ ਮੰਗਾਏ ਵੀ ਆ ਵਾਪਸ ਵੀ ਆਏ ਆ ਤਾਂ ਇਸ ਤਰ੍ਹਾਂ ਦਾ ਕੋਈ ਆਇਆ ਵਾਪਸ ਉਧਰ ਫਿਲਹਾਲ ਤਾਂ ਜੇ ਕੋਈ ਨਹੀਂ ਉਹ ਤਾਂ तकरीबन ਆਪਣੇ ਤਫਾ ਤੋਂ ਬੱਚੇ ਦੋ ਆਏ ਸੀ ਉਹਨਾਂ ਦੇ ਪੇਰੇ ਨਾਲ ਸਵੇਰ ਸਾਡੀ ਗੱਲ ਹੋਈ ਆ ਉਹ 17 ਤੇ 16 ਦੀ ਫਰੇਟ ਸੀ ਉਹ 17 ਤਰੀਕ ਨੂੰ ਇੰਡੀਆ ਆਏ ਨੇ ਉਹ ਤੋਂ ਬਾਅਦ ਤਾਂ ਬੱਚੇ ਬਾਅਦ ਚ ਹੁਣ 124 ਬੱਚੇ ਦੱਸ ਰਹੇ ਸੀ ਆਏ ਸੀਗੇ ਪਰ ਉਹ ਵੀ ਉਹ ਤੋਂ ਬਾਅਦ ਫਿਰ ਫਲੈਟਾਂ ਸਾਰੀਆਂ ਬੰਦ ਹੋ ਗੀਆਂ ਤੋ ਮੇਨ ਹੁਣ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਵੀ ਕਿਸ ਤਰ੍ਹਾਂ ਦੀ ਤੁਹਾਡੀ ਮਦਦ ਜਿਹੜੀ ਕੀਤੀ ਜਾਣੀ ਚਾਹੀਦੀ ਹੈ ਅਸੀਂ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਿੰਨੇ ਸਾਡੇ ਇੰਡੀਆ ਦੇ ਸਟੂਡੈਂਟ ਨੇ ਸਟੱਡੀ ਕਰਨ ਗਏ ਨੇ ਸਾਰੇ ਬੱਚੇ ਸਹੀ ਸਲਾਮਤ ਇੰਡੀਆ ਲਿਆਂਦੇ ਜਾਣ ਠੀਕ ਆ ਜੋ ਉਹਨਾਂ ਦਾ ਕੋਈ ਲਿਆਉਣ ਦਾ ਜਾਂ ਉਹ ਟਰੈਵਲ ਖਰਚਾ ਹੈਗਾ ਤਾਂ ਉਹ ਸਰਕਾਰ ਨੂੰ ਚੱਕਣਾ ਚਾਹੀਦਾਗਾ ਸੋ ਇਹ ਸੰਡਾਕਟਰ ਕੇਸਰ ਖਾਨ ਜਿਨ੍ਹਾਂ ਦੇ ਬੇਟੇ ਮੁਹੰਮਦ ਸ਼ਕੀਲ ਇਸ ਵਕਤ ਯੂਕਰੇਨ ਚ ਨਹੀਂ ਉੱਥੇ ਜਿਹੜਾ ਐਮਬੀਬੀਐਸ ਦੀ ਪੜ੍ਹਾਈ ਕਰਨੋਂ ਗਏ ਸੀ ਇਹਨਾਂ ਦਾ ਕਿ ਮੰਗ ਹੈ ਸਰਕਾਰ ਤੋਂ ਵੀ ਜਿਹੜੀ ਇਹਨਾਂ ਦੀ ਬਾਹ ਫੜੇ ਸਰਕਾਰ ਨੂੰ ਇੱਥੇ ਲਿਆਉਣ ਚ ਸਾਡੀ ਜਿਹੜੀ ਹਰ ਸੰਭਵ ਮਦਦ ਕਰੇ ਇਸ ਤੋਂ ਇਲਾਵਾ ਇਹਨਾਂ ਦਾ ਇਹ ਵੀ ਕਹਿਣਾ ਜਿਹੜਾ ਜਿਹੜਾ ਉਹ ਆਉਣ ਜਾਣ ਦਾ ਖਰਚਾ ਵੀ ਸਰਕਾਰ ਚੱਕੇ ਸੋ ਬਹੁਤ ਇੱਕ ਤਰ੍ਹਾਂ ਨਾਲ ਉੱਥੇ ਜਿਹੜਾ ਉਹ ਡਰਦੇ ਮਾਹੌਲ ਦੇ ਵਿੱਚ ਸਹਿਮੇ ਹੋਏ ਨੇ ਬੱਚੇ ਜਿਹੜੇ ਉੱਥੇ ਨੇ ਬਹੁਤ ਵੱਡੀ ਪੱਧਰ ਤੇ ਜਿਹੜਾ ਉਥੇ ਜੰਗ ਲੱਗੀ ਹੋਈ ਆ ਵਿਦਿਆਰਥੀਆਂ ਨੂੰ ਖਾਣਾ ਪੀਣਾ ਵੀ ਨਹੀਂ ਪ੍ਰੋਪਰ ਮਿਲ ਰਿਹਾ ਇਸ ਕਰਕੇ ਬਹੁਤ ਫਿਕਰਮੰਦ ਨੇ ਪਰਿਵਾਰਾਂ ਦੇ ਪਰਿਵਾਰ ਦੇ ਵਿੱਚ ਬਹੁਤ ਫਿਕਰ ਆ ਮੁਹੰਮਦ ਸ਼ਕੀਲ ਹੋਣਾ ਨੂੰ ਲੈ ਕੇ ਅਸੀਂ ਵੀ ਦੁਆ ਕਰਦੇ ਆ ਵੀ ਉਹ ਜਲਦ ਤੋਂ ਜਲਦ ਭਾਰਤ ਆਉਣ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ-ਖੁਸ਼ੀ ਬੈਠਣ ਅਜੀਤ ਵੈਬ ਟੀਵੀ ਦੇਖ ਰਹੇ ਤੁਸੀਂ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏ ਸਰ ਵਿਖੇ ਜਿੱਥੋਂ ਦੀ ਬੇਟੀ ਸਹਿਜਪ੍ਰੀਤ ਕੌਰ ਗਰੇਵਾਲ ਉਹ ਯੂਕਰੇਨ ਦੇ ਵਿੱਚ ਡਾਕਟਰੀ ਦੀ ਪੜਾਈ ਕਰਨ ਗਈ ਹੈ ਉੱਥੇ ਜਿਹੜੇ ਹਾਲਾਤ ਨੇ ਖਰਾਬ ਨੇ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਜੋ ਜੰਗ ਦਾ ਮਾਹੌਲ ਬਣਿਆ ਹੋਇਆ ਤਾਂ ਪੂਰਬੀ ਮਾਹੌਲ ਜਿਹੜਾ ਉੱਥੇ ਬਣਿਆ ਹੋਇਆ ਅਸੀਂ ਸੈਜਪ੍ਰੀਕ ਔਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰ ਲਏ ਨੇ ਆ ਵੀ ਕਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਮਾਤਾ ਜੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ ਸੈਜਪ੍ਰੀ ਤੋਂ ਜੀ ਬੇਟੀ ਨਾਲ ਗੱਲ ਹੋ ਜਾਂਦੀ ਹੈਗੀ ਉਸ ਤੋਂ ਪਹਿਲਾਂ ਸਾਨੂੰ ਥੋੜਾ ਬਹੁਤਾ ਪਤਾ ਲੱਗਿਆ ਸੀ ਵੀ ਉੱਥੇ ਹਾਲਾਤ ਵਿਗੜਨਗੇ ਮੈਂ ਉਹਨਾਂ ਦੀ ਯੂਨੀਵਰਸਿਟੀ ਨਾਲ ਕੰਟੈਕਟ ਕੀਤਾ ਉਨਾਂ ਨੇ ਸਾਨੂੰ ਦੱਸਿਆ ਕਿ ਵੀ ਨਈ ਮੀਡੀਆ ਵਾਲੇ ਜ਼ਿਆਦਾ ਗੱਲ ਫਲੈਸ਼ ਕਰਦੇ ਆ ਵੀ ਐਦਾਂ ਦਾ ਇੱਥੇ ਮੈਡਮ ਕੁਛ ਨਹੀਂਗਾ ਤੇ ਉਸ ਤੋਂ ਬਾਅਦ ਅਸੀਂ ਫੇਰ ਵੀ ਬੇਟੀ ਦੀ ਟਿਕਟ ਲੈ ਲਈ ਸੀ ਜਿਸ ਦਿਨ ਹੀ ਉਸਨੇ ਚੜ੍ਹਨਾ ਸੀ ਉਹਨੂੰ ਮੇਲ ਆ ਗਈ ਵੀ ਤੁਹਾਡਾ ਪਲੇਨ ਮਿਸ ਆ ਤੇ ਉਸ ਤੋਂ ਬਾਅਦ ਉੱਥੇ ਬੰਬਵਾਰੀ ਨਾਲ ਦੀ ਨਾਲ ਹੋਣ ਲੱਗੀ ਬੇਟੀ ਨੇ ਸਾਨੂੰ ਫੋਟੋ ਵੀ ਪਾਈਆਂ ਵੀ ਮੈਂ ਮੰਮੀ ਇੱਥੇ ਬਹੁਤ ਹਾਲਤ ਬੁਰੀ ਆ ਧੂਆਂ ਨਿਕਲ ਰਿਹਾ ਡਰ ਗਈ ਉਸ ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਇਹਨਾਂ ਨੂੰ ਕਾਬ ਦੀ ਯੂਨੀਵਰਸਿਟੀ ਹੋਸਟਲ ਖਾਲੀ ਕਰਾ ਕੇ ਇਹਨਾਂ ਨੂੰ ਮੈਟਰੋ 'ਚ ਰੱਖਿਆ ਗਿਆ ਕਦੋਂ ਕਦੋਂ ਪੜ੍ਹਾਈ ਕਰਨ ਗਏ ਸੀ ਸਹਿਜਪ੍ਰੀਤ ਜੀ ਕਿੰਨਾ ਟਾਈਮ ਪਹਿਲਾਂ ਗਏ ਸੀ ਇਹਦਾ ਸੈਕੰਡ ਯਰ ਚੱਲ ਰਿਹਾ ਜੀ ਹਾਂਜੀ ਹਾਂਜੀ ਮਤਲਬ 2019 'ਚ ਗਏ ਹੋਣ ਹਾਂਜੀ 19 'ਚ ਗਏ ਹੋਏ ਆਗੇ ਜਦੋਂ ਇੱਥੋਂ ਜਾਂਦੇ ਨੇ ਤਾਂ ਉਦੋਂ ਤਾਂ ਐਕਸਪੈਕਟਡ ਨਹੀਂ ਸੀ ਨਾ ਵੀ ਆ ਹਾਲਾਤ ਵੀ ਬਣਨੇ ਨਹੀਂ ਨਹੀਂ ਜੀ ਉਦਾਂ ਕੋਈ ਸਾਨੂੰ ਪਤਾ ਨਹੀਂ ਸੀਗਾ ਸਾਡਾ ਬੇਟਾ ਵੀ ਉੱਥੋਂ ਐਮਬੀਬੀਐਸ ਪਹਿਲਾਂ ਕਰਕੇ ਆ ਚੁੱਕਾ ਸੀਗਾ ਅਸੀਂ ਉਹਨੂੰ ਪੁੱਛ ਲਈ ਉਹਥੇ ਤੋਰੀ ਸੀ ਵੀ ਬੇਟੀਆ ਹਾਲਾਤ ਕਿੱਦਾਂ ਦੇ ਆ ਜਾਂ ਕੁਝ ਵੀ ਆ ਪਰ ਬਹੁਤ ਵਧੀਆ ਸੀਗਾ ਤੇ ਆ ਅਚਾਨਕ ਜਿਹੜੇ ਹੋਣੇ ਸੀ ਸਾਨੂੰ ਕੋਈ ਪਤਾ ਨਹੀਂ ਲੱਗੇ ਜਦੋਂ ਜਦੋਂ ਹੁਣ ਗੱਲਬਾਤ ਹੁੰਦੀ ਆ ਤਾਂ ਕੀ ਦੱਸਦੇ ਆ ਵੀ ਕਿਵੇਂ ਰਹਿੰਦੇ ਆ ਕਿਵੇਂ ਜ਼ਿੰਦਗੀ ਉੱਥੇ ਹੁਣ ਚੱਲ ਰਹੀ ਆ ਹਾਲਾਤ ਦੇਖੋ ਉਹਨਾਂ ਨੂੰ ਨਾਉਣ ਦਾ ਸਾਰਾ ਪੁੰਜੇ ਪੈ ਰਹੇ ਆ ਮੈਟਰੋ ਦੇ ਵਿੱਚ ਰਹਿ ਰਹੇ ਆ ਖਾਣੇ ਦਾ ਵੀ ਅੱਜ ਕਹਿ ਰਹੀ ਸੀ ਮੈਂ ਚੱਕਰ ਆ ਕੇ ਗਿਰਗੀ ਮੰਮਾ ਤੇ ਕਹਿੰਦੀ ਪੇਟ ਭੁੱਖਾਗਾ ਤੇ ਮੈਨੂੰ ਐਨੀ ਐਚ ਚ ਪਹਿਲੀ ਵਾਰ ਚੱਕਰ ਆਇਆ ਮੈਂ ਤਾਂ ਕਦੇ ਸੁਣਿਆ ਵੀ ਨਹੀਂ ਸੀ ਚੱਕਰ ਪਰ ਸਾਨੂੰ ਵੀ ਸੁਣ ਕੇ ਬੜਾ ਹੀ ਫੀਲ ਹੋ ਰਿਹਾਗਾ ਆਪ ਨੂੰ ਵੀ ਕੁਝ ਚੰਗਾ ਲੱਗ ਰਿਹਾਗਾ ਜਦੋਂ ਬੱਚੇ ਤੰਗ ਆ ਗਏ ਅਸੀਂ ਸਰਕਾਰ ਮੂਰੇ ਵੀ ਇਹ ਹੀ ਅਪੀਲ ਕਰਦੇ ਆਂ ਵੀ ਸਾਡੇ ਆਪਣੇ ਇੱਥੋਂ ਦੇ ਬੱਚੇ ਸਾਰੇ ਨਾਗਰਿਕ ਕੱਢੇ ਜਾਣ ਉਤੋਂ ਤੇ ਮਾਤਾ ਜੀ ਜਿਵੇਂ ਦੱਸਦੇ ਵਿਸਾਇਜਪੀਤ ਹੋਣੀ ਬਹੁਤ ਤੁਹਾਡੇ ਲਾੜਲੇ ਸੀਗੇ ਤੇ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਰਹਿੰਦੇ ਨੇ ਕਿਤੇ ਨਾ ਕਿਤੇ ਤਾਂ ਮਨ ਨੂੰ ਮਤਲਬ ਬਹੁਤ ਥੇਸ ਪਹੁੰਚਦੀ ਹੋਣੀ ਹਾਂਜੀ ਹਾਂਜੀ ਮੇਰੇ ਛੋਟੇ ਬੇਟੇ ਤੋਂ 10 ਸਾਲ ਛੋਟੀ ਸੀ ਅਸੀਂ ਮੁੰਡਿਆਂ ਤੋਂ ਵੱਧ ਪਾਲੀ ਸੀ ਜਦੋਂ ਇਹਦਾ ਜਨਮ ਵੀ ਹੋਇਆ ਅਸੀਂ ਕਿੰਨੇ ਇਹਦੇ ਸਹਜ ਪਾਠ ਸੁੱਖਾਂ ਸੁੱਕ ਕੇ ਲਈ ਸੀ ਤੇ ਪਰ ਅੱਜ ਇਹਦਾ ਜਦੋਂ ਸੁੰਦੇ ਆ ਉਹਨੂੰ ਪਰ ਹੌਸਲਾ ਦਿੰਨੀ ਆ ਜਦੋਂ ਕਹਿੰਦੀ ਮम्मा ਮੇਰਾ ਪੇਟ ਭੁੱਖਾ ਮੈਂ ਕਹਿੰਨੀ ਆ ਬੇਟੇ ਕਈ ਵਾਰੀ ਇਹੋ ਜਿਹੇ ਹਾਲਾਤਾਂ ਚ ਘਾਹ ਖਾ ਕੇ ਵੀ ਟਾਈਮ ਪੂਰਾ ਕਰਨਾ ਪੈਂਦਾ ਤੇ ਹੌਸਲਾ ਰੱਖੋ ਪਰ ਉਹਦੀ ਗੱਲ ਸੁਣ ਕੇ ਆਪ ਨੂੰ ਸਾਨੂੰ ਰੋਟੀ ਚੰਗੀ ਨਹੀਂ ਲੱਗਦੀ ਨੀਂਦ ਖਰਾਬ ਹੋਈ ਪਈ ਆ ਉਸ ਦਿਨ ਦਾ ਬਹੁਤ ਮੰਦੁਖੀ ਆ ਜੀ ਨਹੀਂ ਖਾਣੇ ਦਾ ਕਿਵੇਂ ਆ ਖਾਣ ਨੂੰ ਪ੍ਰੋਪਰ ਸਮਾਨ ਉੱਥੇ ਮਿਲ ਰਿਹਾ ਉਹਨਾਂ ਨੂੰ ਨਹੀਂ ਜੀ ਇਹਨੇ ਬੇਟੀ ਨੂੰ ਅਸੀਂ ਜਦੋਂ ਉਸ ਦਿਨ ਪਹਿਲੇ ਦਿਨ ਹੀ ਹਾਲਾਤ ਖਰਾਬ ਹੋਏ ਅਸੀਂ ਆ ਗਿਆ ਵੀ फटाफट ਤੂੰ ਥੋੜਾ ਬਹੁਤਾ ਆਪਦਾ ਖਾਣਾ ਜਮ੍ਹਾਂ ਕਰ ਲੈ ਕੋਲੇ ਕੋਈ ਬਰੈਡ ਵਗੈਰਾ ਬਸ ਉਹ ਥੋੜਾ ਥੋੜਾ ਲਈ ਜਾਂਦੇ ਆ ਇਹਨੂੰ ਕਿਹਾ ਪਾਣੀ ਦੀ ਵੇਸਟ ਨਾ ਕਰੀ ਥੋੜਾ ਥੋੜਾ ਪੀ ਚੱਲਿਓ ਕੋਈ ਕੋਲਡ ਡਰਿੰਕ ਲਿਆ ਕੇ ਬਸ ਉਹਦੇ ਨਾਲ ਟਾਈਮ ਪਾਸ ਕਰ ਰਹੀ ਹੈ ਜੀ ਜਦੋਂ ਇਹ ਹਾਲਾਤ ਬਣਦੇ ਨੇ ਜੰਗ ਦੇ ਤਾਂ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ ਹੋਸਟਲ ਖਾਲੀ ਕਰਨ ਦਿੱਤਾ ਕਰਨ ਨੂੰ ਕਹਿ ਦਿੱਤਾ ਗਿਆ ਹਾਂਜੀ ਇਹਨਾਂ ਨੂੰ ਫਿਰ ਹੋਸਟਲ ਤਾਂ ਉਹਨਾਂ ਨੇ ਯੂਨੀਵਰਸਿਟੀ ਵਾਲਿਆਂ ਨੂੰ ਹੋ ਗਿਆ ਵੀ ਖਤਰਾ ਗਿਆ ਇੱਥੇ ਕੋਈ ਬੰਬਵਾਰੀ ਨਾ ਹੋ ਜੇ ਫਿਰ ਉਹਨਾਂ ਨੇ ਨਾ ਤੋ ਖਾਲੀ ਕਰਾ ਕੇ ਇਹਨਾਂ ਨੂੰ ਸੇਫ ਸਾਈਡ ਵੀ ਕੀਤਾ ਵੀ ਮੈਟਰੋ 'ਚ ਰਹਿ ਪੋ ਉੱਥੇ ਬੱਚੇ ਪੁੰਜੇ ਪੈ ਰਹੇ ਆ ਅੱਜ ਵੀ ਕਹਿ ਰਹੀ ਸੀ ਠੰਡ ਬਹੁਤ ਜ਼ਿਆਦਾ ਆ ਤੇ ਕੋਚੂ ਕੋਲੇ ਸਮਾਨ ਨਹੀਂ ਕੋਈ ਕੱਪੜੇ ਨਹੀਂ ਉਦਾਂ ਬੱਚੇ ਸਾਰੇ ਨੀਚੇ ਪਏ ਆ ਤੇ ਜਿਹੜਾ ਹੋਰ ਤੁਸੀਂ ਦੱਸਦੇ ਹੋ ਉਹਥੇ ਜਿਹੜਾ ਵਾਸ਼ਰੂਮ ਵਗੈਰਾ ਜਾਂ ਹੋਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਵੀ ਉਹ ਵੀ ਨਾਸਾਜ ਨਹੀਂ ਠੀਕ ਨਹੀਂ ਹੈ ਹਾਂਜੀ ਵਾਸ਼ਰੂਮ ਦੇਖੋ ਬੱਚੇ ਇੰਨੇ ਆਗੇ ਵਾਸ਼ਰੂਮ 1 2 ਆ ਉੱਥੇ ਹੀ ਕਹਿ ਰਹੀ ਆ ਮਮਾ ਗੰਦ ਬਹੁਤ ਜਿਆਦਾ ਆ ਕੰਦੀ ਉਹ ਮੁਸ਼ਕਲ ਕੁੜੀਆਂ ਨੂੰ ਤਾਂ ਖਾਸ ਕਰਕੇ ਆ ਰਹੀ ਹੈਗੀ ਇਹ ਮੁਸ਼ਕਲ ਹਾਂਜੀ ਤੇ ਰੋਜ਼ ਗੱਲ ਹੁੰਦੀ ਉਹਨਾਂ ਨਾਲ ਹਾਂਜੀ ਸਾਡੇ ਚੋਂ ਇੱਕ ਪਰਿਵਾਰ ਮੈਂਬਰ ਗੱਲ ਕਰਦਾ ਕਿ ਬੈਂਟਰੀ ਲੋਨ ਨਾ ਹੋ ਜੇ ਉਹਦੀ ਫੋਨ ਦੀ ਜਾਂ ਕੁਝ ਵੀ ਉਹਨੂੰ ਕੋਈ ਪ੍ਰੋਬਲਮ ਨਾ ਆਵੇ ਫਿਰ ਅਸੀਂ ਥੋੜਾ ਬੋਤਾ ਤੋਂ ਪੁੱਛਦੇ ਰਹਿਨੇ ਆਂਗੇ ਕੋਈ ਨਾ ਕੋਈ ਗੱਲ ਕਰਦੇ। ਤਾਂ ਕਿਸੇ ਪੱਧਰ ਤੇ ਸਰਕਾਰੀ ਪੱਧਰ ਤੇ ਜਾਂ ਕਿਸੇ ਹੋਰ ਲੈਵਲ ਤੇ ਤੁਹਾਡੇ ਨਾਲ ਕੋਈ ਕਿਸੇ ਨੇ ਤਾਲਮਿਲ ਕਰਨ ਦੀ ਕੋਸ਼ਿਸ਼ ਕੀਤੀ ਵੀ ਸਹਿਜ ਪ੍ਰੀਤ ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਨਹੀਂ ਜਿੱਦਾਂ WhatsApp ਤੇ ਕਿਸੇ ਭਗਵੰਤ ਮਾਨ ਦਾ ਕਿਸੇ ਹੋਰਾਂ ਦਾ ਵੀ ਪਾਇਆ ਪਿਆ ਅਸੀਂ ਆਪ ਅਗਲੇ ਤੱਕ ਪਹੁੰਚ ਕੀਤੀ ਆ। ਨਾ ਕੇ ਉਹਨਾਂ ਨੇ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਡਿਟੇਲਾਂ ਭੇਜੀ ਜਾਂਦੇ ਆ ਮੀਡੀਆ 'ਚ ਭੇਜੀਆਂ ਹੋਰ ਭੇਜੀਆਂ ਉਹਨਾਂ ਨੇ ਕੋਈ ਸਾਨੂੰ ਆਪ ਨੂੰ ਨਹੀਂ ਕਿਸੇ ਨੇ ਵੀ ਹਾਂਜੀ ਤੇ ਹੁਣ ਜਿਹੜੀ ਮੇਨ ਗੱਲਬਾਤ ਕੀ ਮਤਲਬ ਮੰਗ ਕੀ ਆ ਤੁਹਾਡੀ ਜਿਹੜੀ ਤੁਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹੋ ਸਾਡੀ ਮੰਗ ਤਾਂ ਇਹ ਹੀ ਆ ਸਾਡੇ ਬੱਚੇ ਸਾਨੂੰ ਲਿਆ ਕੇ ਸਾਡੇ ਕੋਲੇ ਪਹੁੰਚਾਏ ਜਾਣ ਤੇ ਸਾਡੀ ਮੰਗ ਇਹੀ ਆ ਕਿ ਬੱਚੇ ਉਥੋਂ ਗੰਭੀਰ ਹਾਲਤਾਂ ਚੋਂ ਕੱਢੇ ਜਾਣ ਮੌਤ ਦੇ ਮੂੰਹ ਚੋਂ ਕੱਢੇ ਜਾਣ ਬੱਚੇ ਜਿਵੇਂ ਸਰਕਾਰ ਨੇ ਅੱਜ 3219 ਦੇ ਕਰੀਬ ਜਿਹੜੇ ਉਥੋਂ ਸਟੂਡੈਂਟ ਲਿਆਂਦੇ ਆ ਤੇ ਉਹ ਜਿਹੜੇ ਸਹਿਜਪ੍ਰੀਤ ਹੋਣੀ ਉਹ ਕਿੱਥੇ ਰਹਿੰਦੇ ਆ ਉਹ ਮਤਲਬ ਬਾਰਡਰ ਦੇ ਨੇੜੇ ਤੇ ਨੇ ਦੂਰ ਨੇ ਉਥੋਂ ਇਹ ਸਹਿਜਪ੍ਰੀਤ ਹੋਣੀ ਕੀ ਵਦੇਤੇ ਦੇ ਖਰਕਬ ਵਿੱਚ ਰਹਿ ਰਹੇ ਆ ਨੇੜੇ ਆ ਉਹ ਬੱਚੇ ਬਹੁਤ ਦੂਰ ਸੀਗੇ ਇਨਾਂ ਤੋਂ ਉਹ ਬਾਰਡਰ ਦੇ ਨੇੜੇ ਸੀ ਉਹ ਕੱਢੇਗੇ ਇਹ ਬੱਚੇ ਤਾਂ ਤਾਂ ਹੀ ਆਉਣਗੇ ਜੇ ਉਥੋਂ ਦਾ ਮਾਹੌਲ ਸ਼ਾਂਤ ਹੋ ਜਾ ਆਪਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹਨਾਂ ਨਾਲ ਕੋਈ ਗੱਲ ਕਰਕੇ ਕੋਈ ਥੋੜਾ ਬਹੁਤਾ ਵੀ ਅ ਮਿਲੇ ਉਹਨਾਂ ਨੂੰ ਟਾਈਮ ਕੋਈ ਆਪ ਦਾ ਬੰਬਾਰਵਾਈ ਜੋ ਰੋਕਣ ਫੇਰ ਹੀ ਇਹੇ ਕਰ ਸਕਦੇ ਆ ਬੱਚੇ ਜਿਹੜਾ ਜਿਵੇਂ ਫਾਈਨੈਂਸ਼ੀਅਲ ਤੌਰ ਤੇ ਜਾਂ ਪੈਸੇ ਉਹਨਾਂ ਕੋਲੇ ਹੈਗੇ ਨੇ ਵੀ ਉਹ ਮਤਲਬ ਗੁਜ਼ਾਰਾ ਕਰ ਸਕਣ ਜਾਂ ਤੁਸੀਂ ਕੁਝ ਉਸ ਤੋਂ ਬਾਅਦ ਭੇਜੇ ਉਹਨਾਂ ਨੂੰ ਅਸੀਂ ਪਹਿਲਾਂ ਹੀ ਕਾਉਂਟ ਚ ਪਾਏ ਹੋਏ ਸੀਗੇ ਉਹਨੇ ਅਮਰੀਕਾ ਜਾਣਾ ਸੀ ਟੂਰ ਉਹਦਾ ਅਮਰੀਕਾ ਦਾ ਸੀਗਾ ਟਿਕਟ ਲਈ ਵੀ ਸੀਗੀ ਤੇ ਉਹਦੇ ਨਹੀਂ ਉਹ ਕਰ ਰਹੇ ਆ ਬਾਕੀ ਅਸੀਂ ਕਾਉਂਟ ਚ ਪਾਈ ਜਾਂਦੇ ਆ ਹਾਂਜੀ ਮਤਲਬ ਉਹ ਪੈਸੇ ਉਦੋਂ ਤੱਕ ਪਹੁੰਚ ਜਾਂਦੇ ਆ ਤੇ ਉਥੋਂ ਕਢਾ ਵੀ ਲੈਂਦੇ ਆ ਨਹੀਂ ਪਰ ਹੁਣ ਆਹ ਹਾਲਾਤਾਂ ਚ ਤਾਂ ਬੱਚੇ ਬਾਹਰ ਨਹੀਂ ਨਿਕਲ ਰਹੇ ਕਢਾਉਣ ਜਾ ਨਹੀਂ ਰਹੇ ਦੂਰ ਜਾ ਨਹੀਂ ਰਹੇ ਹਾਂਜੀ ਇੱਕ ਸਾਨੂੰ ਹੋਰ ਪਤਾ ਲੱਗਿਆ ਸੀ ਵੀ ਮੈਟਰੋ ਸਟੇਸ਼ਨਾਂ ਤੋਂ ਇਲਾਵਾ ਵੀ ਜਿਹੜੇ ਹੋਸਟਲ ਕਾਲਜ ਦੇ ਹੋਸਟਲ ਯੂਨੀਵਰਸਿਟੀ ਦੇ ਹੋਸਟਲ ਬੇਸਮੈਂਟ ਬਣੇ ਹੋਏ ਆ ਕਿ ਮਤਲਬ ਜਿੱਦਾਂ ਦੀ ਜੰਗ ਲੱਗੀ ਆ ਉਹ ਸਿਰਫ ਮੈਟਰੋ ਸਟੇਸ਼ਨਾਂ ਤੇ ਰਹਿੰਦੇ ਆ ਤੇ ਕੁਝ ਬੱਚੇ ਬੇਟੀ ਸਾਡੀ ਦੱਸ ਰਹੀ ਸੀ ਕਹਿੰਦੀ ਮੰਮਾ ਬੇਸਮੈਂਟ ਚ ਵੀ ਇਹਨਾਂ ਨੇ ਹੋਸਟਲ ਵਾਲਿਆਂ ਨੇ ਕੁਝ ਕੁ ਬੱਚੇ ਉੱਥੇ ਵੀ ਛੱਡੇ ਪਰ ਉਹ ਬੱਚੇ ਤੰਗ ਕਹਿੰਦੀ ਉਹਨਾਂ ਨੇ ਬਹੁਤ ਮੁਸ਼ਕਲ ਦੀ ਰਾਤ ਕੱਟੀ ਆ ਉੱਥੇ ਬੇਸਮੈਂਟ ਚ ਤਾਂ ਉਸ ਤੋਂ ਵੀ ਜ਼ਿਆਦਾ ਕੱਟੀ ਆ ਇਹ ਹੁਣ ਕੀ ਮਤਲਬ ਉਥੋਂ ਤੁਸੀਂ ਦੱਸਦੇ ਹੋ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਕਿਹਾ ਲੋਕਲ ਗਵਰਨਮੈਂਟ ਨੇ ਕਿਹਾ ਵੀ ਅੱਜ ਦਾ ਜਿਹੜਾ ਅੱਜ ਦਾ ਦਿਨ ਆ ਬਹੁਤ ਹਾਰਡ ਦਿਨ ਹੈ ਖਤਰਨਾਕ ਦਿਨ ਹੈ ਇਸ ਤਰ੍ਹਾਂ ਦੀ ਵੀ ਕੋਈ ਗੱਲਬਾਤ ਹੋਈ ਹੈ ਹਾਂਜੀ ਬੇਟੀ ਦੱਸ ਰਹੀ ਸੀ ਮੇਰੀ ਗੱਲ ਹੋਈ ਸੀ ਕਿ ਕਹਿੰਦੀ ਮਮਾ ਅੱਜ ਤਾਂ ਸਾਨੂੰ ਵੀ ਕਰਨ ਸੰਧੂ ਸਰ ਦਾ ਫੋਨ ਆਇਆ ਵੀ ਅੱਜ ਤੁਸੀਂ ਬਿਲਕੁਲ ਬਾਹਰ ਨਹੀਂ ਨਿਕਲਣਾ ਅੱਜ ਦਾ ਸਖਤ ਦਿਨ ਹੈ ਕੁਝ ਵੀ ਹੋ ਸਕਦਾ ਤੁਸੀਂ ਬਿਲਕੁਲ ਬਾਹਰ ਨਹੀਂ ਨਿਕਲਣਾ। ਜੀ ਫਿਰ ਸਟੂਡੈਂਟ ਤਾਂ ਚਲੋ ਮੈਟਰੋ ਸਟੇਸ਼ਨਾਂ ਤੇ ਬੈਠੇ ਨੇ ਜਿਹੜਾ ਉੱਥੇ ਦਾ ਸਟਾਫ ਸੀ ਜਾਂ ਉਹਦੇ ਚ ਵੀ ਕੁਛ ਨਾ ਕੁਛ ਪੰਜਾਬੀ ਹੋਣੇ ਜਾਂ ਉਹ ਜਿਹੜੇ ਉਹ ਸਟਾਫ ਸੀ ਉਹ ਫੇ ਕਿੱਧਰ ਗਿਆ ਜੀ? ਹਾਂਜੀ ਹੈਗੇ ਅੰਮ੍ਰਿਤਸਰ ਦੇ ਡਾਕਟਰ ਕਰਨ ਸੰਧੂ ਉੱਥੇ ਹੀ ਆ ਬਲਕਿ ਉਹਨਾਂ ਨੇ ਹੀ ਮੇਰੀ ਗੱਲ ਹੁੰਦੀ ਰਹੀ ਆ ਕਿ ਹੋਰ ਵੀ ਆ ਇੱਕ ਪ੍ਰਦੀਪ ਸਾਰਾ ਇਹਨਾਂ ਦਾ ਤੇ ਉਹ ਵੀ ਬਸ ਆਸੇ ਪਾਸੇ ਬੈਠੇ ਆ ਬੱਚਿਆਂ ਦੀ ਦੇਖ ਰਹੇ ਕਰ ਰਹੇ ਆ ਉੱਥੇ ਉਹਨਾਂ ਨਾਲ ਕੰਟੈਕਟ ਕਰੀ ਜਾਂਦੇ ਆ। ਪਰ ਪਹਿਲਾਂ ਯੂਨੀਵਰਸਿਟੀ ਦੀ ਇਹ ਗਲਤੀ ਆ ਕਿਉਂਕਿ ਉਹ ਸਾਨੂੰ ਪਹਿਲਾਂ ਹੀ ਆਪਦੇ ਬੱਚਿਆਂ ਨੂੰ ਇੱਧਰ ਪਹੁੰਚਾਉਂਦੇ ਪੰਜਾਬ 'ਚ ਉਹ ਥੋੜਾ ਜਿਹਾ ਲਾਈਟਲੀ ਲੱਗੇ ਵੀ ਨਹੀਂ ਇਦਾਂ ਦੀ ਬਾਹਰ ਇੱਥੇ ਨਹੀਂ ਹੋਣੀ ਕਿਉਂਕਿ ਪਹਿਲਾਂ ਤਾਂ ਜਿਹੜਾ ਐਕਸਪੈਕਟਡ ਨਹੀਂ ਸੀ ਨਾ ਤਾਂ ਉਹਨਾਂ ਨੂੰ ਵੀ ਪਤਾ ਸੀ ਵਿਆਹ ਹਾਲਾਤਾਂ ਮਾਪਿਆਂ ਨੂੰ ਸੀ ਨਾ ਸਟੂਡੈਂਟਾਂ ਨੂੰ ਸੀਗਾ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਣਗੇ ਹਾਂਜੀ ਹਾਂਜੀ ਪਹਿਲਾਂ ਤਾਂ ਇਦਾਂ ਹੈ ਨਹੀਂ ਸੀਗਾ ਵੀ ਇੰਨੀ ਜੰਗ ਲੱਗ ਜੂ ਵੀ ਗੱਲ ਚੱਲ ਰਹੀ ਆ ਵੀ ਨਹੀਂ ਹੁੰਦੀ ਦੋ ਤਰੀਕ ਦੀ ਮੀਟਿੰਗ ਰੱਖੀ ਵੀ ਆ ਜੀ ਜੇ ਜੰਗ ਲੱਗੂ 2 ਤਰੀਕ ਤੋਂ ਬਾਅਦ ਰੱਖੋ ਲੱਗੂਗੀ ਅਸੀਂ ਬੇਟੀ ਦੀ ਟਿਕਟ 24 ਤਰੀਕ ਦੀ ਉਹ ਤੋਂ ਕਰਾਈ ਦਿੱਤੀ ਸੀ ਹਾਂਜੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਜੰਗ ਲੱਗ ਗਈ ਉਸੇ ਦਿਨ ਜਦੋਂ ਬੇਟੀ ਨੇ ਸਵੇਰ ਤੁਰਨਾ ਸੀ ਉਸੇ ਟਾਈਮ ਹੀ ਲੱਗੀ ਹਾਂਜੀ ਹਾਂ ਸੋ ਹੁਣ ਸਾਡੇ ਨਾਲ ਸਹਿਜਪ੍ਰੀਤ ਕੌਰ ਹੁਣਾਂ ਦੇ ਦਾਦੀ ਜੀ ਵੀ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਮਾਤਾ ਜੀ ਗੱਲਬਾਤ ਹੋਈ ਕਿਤੇ ਸਹਿਜ ਨਾਲ ਉਸ ਤੋਂ ਬਾਅਦ ਜਦੋਂ ਜੰਗ ਲੱਗੀ ਆ ਹੁਣ ਪੁੱਤ ਕਰਨ ਲੱਗੀ ਤੇ ਉਹ ਫੋਨ ਕੱਟਿਆ ਗਿਆ ਹੁਣ ਮੈਨੂੰ ਦੇਸੀ ਟੀ ਇੱਕ ਗੱਲ ਕਰੀ ਸੀ ਫੋਨ ਕੱਟਿਆ ਗਿਆ ਇੱਕ ਥੋੜਾ ਠੀਕ ਹੈ ਉਹ ਕੈਮਨ ਨੂੰ ਕਾਲ ਕਰ ਲਾ ਰੱਖੋ ਤੇ ਮਤਲਬ ਯਾਦ ਤਾਂ ਆਉਂਦੀ ਹੈ ਨਾ ਉਹਨਾਂ ਦੀ ਬਹੁਤ ਬਹੁਤ ਜ਼ਿਆਦਾ ਮੈਨੂੰ ਮਨ ਪਾ ਲਈ ਸੀ ਮੈਨੂੰ ਤਾਂ ਸਾਰੇ ਜਿਵੇਂ ਕਾਤੋਂ ਫੇਰੀਏ ਪਤਾ ਜੀ ਥੋੜਾ ਸੰਭਾਲ ਲਓ ਆਪਣੇ ਪਤਾ ਕੀ ਹੈ ਵੀ ਹੁਣ ਆਪਾਂ ਹੀ ਸਾਰਿਆਂ ਨੇ ਇਕੱਠੇ ਹੋ ਕੇ ਇਸ ਸਮੇਂ ਦੇ ਵਿੱਚ ਉਹ ਰੱਖਣਾ ਸੋ ਆ ਜਾਣਾ ਉਹਨਾਂ ਨੇ ਤੁਹਾਡੇ ਕੋਲੇ ਸਬਦੀਆਂ ਆਪਣੀਆਂ ਦੁਆਵਾਂ ਨੇ ਜਲਦੀ ਸਰਕਾਰਾਂ ਕੁਛ ਨਾ ਕੁਛ ਕਰਨਗੀਆਂ ਦੋ ਦਿਨ ਅੱਗੋਂ ਮੈਂ ਗੱਲ ਕਰੀ ਉਹਦੇ ਮੇਰੇ ਨੂੰ ਹੱਸੀ ਜਾਂਦੀ ਐ ਮੈਂ ਕਹੀਂ ਜਾਂਦੀ ਐ ਤਾਂ ਬਾਹਰ ਜਾਣਾ ਆਪਦਾ ਕਾਗਜ਼ ਪੱਤਰ ਸਭ ਕੇ ਰੱਖੀ ਪੁੱਤ ਕਿ ਉਸ ਤੋਂ ਹੋ ਕੇ ਜਾਈ ਉਹ ਕਹਿੰਦੀ ਬੀਬੀ ਮੈਂ ਕਿਹੜਾ ਕਮਲੀਆਂ ਮੈਂ ਕਿਹੜਾ ਪਹਿਲੀ ਵਾਰ ਬਾਹਰ ਚੱਲੀ ਆ ਪਹਿਲਾਂ ਵੀ ਅਮਰੀਕਾ ਤਾਂ ਉਹ ਕਰਿਆਈ ਸੀ ਗੇੜ ਲਾਇਆਈ ਸੀ ਕਹਿੰਦੀ ਮੈਂ ਅੱਗੇ ਵੀ ਜਾਏ ਮੈਂ ਕਿਹਾ ਤੂੰ ਉਦੋਂ ਤਾਂ ਸਕੂਲ ਦੇ ਬੱਚਿਆਂ ਨਾਲ ਗਈ ਸੀ ਨਾਲ ਤੇਰੀਆਂ ਮੈਡਮਾਂ ਸੀ ਹੁਣ ਤੂੰ ਇਕੱਲੀ ਨੇ ਜਾਣਾ ਪੁੱਤ ਹੌਣ ਤਾਂ ਕਹਿੰਦੀ ਮੈਂ ਬੇਫੇ ਕਰਾ ਹੈ ਹੱਸੀ ਗਈ ਹੈ ਮੈਨੂੰ ਕਹਿੰਦੀ ਮੈਂ ਬੇਫੇ ਕਰਾ ਕੁਛ ਨਹੀਂ ਮੈਂ ਖਰਾਬ ਅਬ ਰਾਤ ਨੂੰ ਦਿੰਦੀ ਮੈਂ ਵਧੀਆ ਜਾਉਂਗੀ ਮੱਕੋ ਕੇ ਬਾਪਾ ਨੂੰ ਤਾਂ ਫਿਕਰ ਹੁੰਦਾ ਹੀ ਆ ਬਜ਼ੁਰਗਾਂ ਨੂੰ ਫਿਕਰ ਹੁੰਦਾ ਹੀ ਆ ਬੱਚਿਆਂ ਦਾ ਮੈਂ ਕਹਿੰਦੀ ਸੀ ਮੈਂ ਖ ਚੱਲ ਮੈਂ ਦਿਨ ਗਿਣੀ ਜਾਂਦੀ ਸੀ ਅੱਜ ਤਾਂ ਤੁਰ ਜੂਗੀ ਉਹਦੇ ਮੈਂ ਤਾਂ ਇਹ ਤੇ ਅੱਜ ਹੁਣ ਵਾਸਾ ਅੱਜ ਤੁਰ ਜੂ ਉਹਦੇ ਹੀ ਇਹਦੇ ਵਾਸਾ ਹੋ ਗਿਆ ਚਲੋ ਕੋਈ ਨਾ ਦੁਆਵਾਂ ਕਰੋ ਪ੍ਰਭਾਤ ਮਾ ਅੱਗੇ ਆਪਣੀ ਇਹੀ ਅਰਦਾਸ ਹੈ ਪੁੱਤ ਦੁਆਵਾਂ ਤਾਂ ਬਿਹੇਰੀਆਂ ਕਰਦੇ ਆ ਵੀਰਾਜੀ ਬਾਜੀ ਹਫ਼ਤੇ ਕਰ ਰਹੇ ਹੈ ਜੇ ਪਰਿਵਾਰ ਚ ਸੋ ਇਹ ਸਨ ਸਹਿਜਪ੍ਰੀਤ ਕੋਰ ਹੋਣਾ ਦੇ ਦਾਦੀ ਜੀ ਤੇ ਉਹਨਾਂ ਦੇ ਮਾਤਾ ਜੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਬੇਹੱਦ ਇਮੋਸ਼ਨਲ ਨੇ ਭਾਵਕ ਨੇ ਕਿਉਂਕਿ ਜਿਹੇ ਜਿਹੇ ਹਾਲਾਤ ਦੇ ਵਿੱਚ ਸਹਿਜਪ੍ਰੀਤ ਕੋਰ ਹੋਣੀ ਉੱਥੇ ਰਹਿ ਰਹੇ ਨੇ ਸੁਭਾਵਿਕ ਹੈ ਵੀ ਮਾਪਿਓ ਦਾ ਬਹੁਤ ਮਨ ਜਿਹੜਾ ਖਰਾਬ ਹੁੰਦਾ ਵੀ ਕਦੋਂ ਸਾਡੇ ਬੱਚੇ ਸਾਡੇ ਵਿੱਚ ਆਉਣ ਤੁਸੀਂ ਦੇਖਿਆ ਕਿ ਪਰਿਵਾਰਾਂ ਦੇ ਵਿੱਚ ਫਿਕਰਮੰਦੀ ਹੈ ਜੋ ਹੋਣੀ ਸੁਭਾਵਿਕ ਹੈ ਕਿਉਂਕਿ ਜਦੋਂ ਕਿਸੇ ਦਾ ਧੀ ਪੁੱਤ ਵਿਦੇਸ਼ ਚਾਹੇ ਪੜਨ ਜਾਂਦਾ ਚਾਹੇ ਰੋਜ਼ਗਾਰ ਦੇ ਲਈ ਜਾਂਦਾ ਜਦੋਂ ਇਹੋ ਜੀ ਸਮੱਸਿਆ ਦੇ ਵਿੱਚ ਫਸ ਜਾਵੇ ਤਾਂ ਫਿਕਰਮੰਦੀ ਹੋਣੀ ਬਹੁਤ ਸੁਭਾਵਿਕ ਹੈ ਸੋ ਦੁਆ ਕਰ ਰਹੇ ਨੇ ਸੁਭਾ ਸ਼ਾਮ ਪਾਠ ਕਰ ਰਹੇ ਨੇ ਪ੍ਰਮਾਤਮਾ ਅੱਗੇ ਦੁਆ ਕਰ ਰਹੇ ਨੇ ਵੀ ਜਿਉਂ ਉਹਨਾਂ ਦੇ ਧੀਾਂ ਪੁੱਤ ਨੇ ਉਹ ਸਹੀ ਸਲਾਮਤ ਵਾਪਸ ਆਉਣ ਇਸ ਦੇ ਵਿੱਚ ਜਿਹੜੇ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਜਿਹੜਾ ਆਸ-ਪਾਸ ਦੇ ਜਿਹੜੇ ਮੁਲਕਾਂ ਤੋਂ ਜਿਹੜਾ ਇਸ ਜੰਗ ਨੂੰ ਇਸ ਜਿਹੜੀ ਵਾਰ ਚੱਲ ਰਹੀ ਹੈ ਜੰਗ ਚੱਲ ਰਹੀ ਹੈ ਉਹਨੂੰ ਰੋਕਣ ਦੇ ਵਿੱਚ ਸਹਿਯੋਗ ਮੰਗਿਆ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਇਹ ਜੰਗ ਨੂੰ ਰੋਕਣਾ ਬੇਹੱਦ ਅਹਿਮ ਹੈ ਇਸ ਤੋਂ ਇਲਾਵਾ ਉਹਨਾਂ ਨੇ ਉੱਥੋਂ ਦੇ ਨਾਗਰਿਕਾਂ ਨੂੰ ਵੀ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਜਿਨ੍ਹਾਂ ਨੇ ਵੀ ਜੋਸ਼ ਉਹਨਾਂ ਦੇ ਇਸ ਜੰਗ ਦੇ ਵਿੱਚ ਮਦਦ ਕਰ ਸਕਦੇ ਆ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਣਗੇ ਉਹ ਆਪਦੇ ਜਿਹੜੇ ਡਿਫੈਂਸ ਦੇ ਲਈ ਉਹਨਾਂ ਦੇ ਉਦੇਸ਼ ਦੀ ਰੱਖਿਆ ਆਪ ਦੀ ਜਿਹੜੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੇ ਲਈ ਉਹ ਮੁਲਕ ਦੀ ਸੁਰੱਖਿਆ ਕਰਨ ਦੇ ਲਈ ਉਹ ਅੱਗੇ ਆਉਣ। ਸੋ ਤੁਸੀਂ ਦੇਖਿਆ ਵੀ ਜਿਹੜਾ ਇਥੋਂ ਜਿਹੜੇ ਸਪੈਸ਼ਲਿਸਟ ਸਟੂਡੈਂਟ ਮੈਡੀਕਲ ਦੀ ਵਿੱਦਿਆ ਹਾਸਲ ਕਰਨ ਲਈ ਉੱਥੇ ਜਾਂਦੇ ਨੇ। ਪਿਛਲੇ ਦਿਨੀ ਬਾਬਾ ਫਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹੋਣਾ ਦਾ ਬਿਆਨ ਬਿਆਨ ਆਇਆ। ਉਹਨਾਂ ਨੇ ਕਿਹਾ ਵੀ ਵੱਡੀ ਪੱਧਰ ਤੇ ਐਮਬੀਬੀਐਸ ਦੀਆਂ ਸੀਟਾਂ ਜਿਹੜੀਆਂ ਖਾਲੀ ਨੇ। ਸੋ ਇਹ ਕਿਤੇ ਨਾ ਕਿਤੇ ਸਾਡੇ ਪ੍ਰਬੰਧ ਦੇ ਉੱਤੇ ਪ੍ਰਸ਼ਨ ਚਿੰਨ੍ਹ ਖੜੇ ਕਰਦਾ ਵੀ ਇੱਥੇ ਸੀਟਾਂ ਨਹੀਂ ਭਰਦੀਆਂ ਤੇ ਵਿਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਨੂੰ ਜਾਣਾ ਪੈਂਦਾ ਉਹੀ ਪੜ੍ਹਾਈ ਕਰਨ ਦੇ ਲਈ। ਅਸੀਂ ਇੱਕ ਦੋ ਆਪਿਆਂ ਨੇ ਵੀ ਪੁੱਛਿਆ ਵੀ ਕਿਉਂ ਉਹਨਾਂ ਨੂੰ ਉੱਥੇ ਭੇਜੇਗਾ ਤਾਂ ਉਹਨਾਂ ਦਾ ਜਵਾਬ ਸੀ ਵੀ ਇੱਥੇ ਫੀਸਾਂ ਬਹੁਤ ਨਹੀਂ 1 ਕਰੋੜ ਤੋਂ ਉੱਪਰ ਜਿਹੜੀ ਡੋਨੇਸ਼ਨ ਦੇਣੀ ਪੈਂਦੀ ਆ ਫੀਸਾਂ ਲੱਗ ਤੋਂ ਨੇ ਸੋ ਕਿਤੇ ਨਾ ਕਿਤੇ ਸਾਡੇ ਸਿਸਟਮ ਦੇ ਵੀ ਸਵਾਲ ਖੜੇ ਕਰਦਾ ਹੈ ਵੀ ਸਟੂਡੈਂਟਾਂ ਨੂੰ ਜਾਣ ਕੇ ਉਹ ਦਿੱਤਾ ਕਿ ਅਸੀਂ ਅਜੇ ਤੱਕ ਉਸ ਚੀਜ਼ ਦੇ ਕਾਬਲ ਨਹੀਂ ਹੋਏ ਵੀ ਅਸੀਂ ਉਹਨਾਂ ਨੂੰ ਇੱਥੇ ਹੀ ਰੱਖ ਕੇ ਪੜਾ ਲਿਖਾ ਸਕੀ ਉਹਨਾਂ ਨੂੰ ਇੱਕ ਯੋਗ ਅਸੀਂ ਡਾਕਟਰ ਬਣਾ ਸਕੀਏ ਸੋ جنگ جاری ਹੈ ਅਸੀਂ ਦੁਆ ਕਰਦੇ ਹਾਂ ਵੀ ਜਿਹੜੀ ਇਹ ਜੰਗ ਆ ਜਲਦੀ ਖਤਮ ਹੋਵੇ ਤੇ ਜਿਹੜੇ ਸਟੂਡੈਂਟ ਫਸੇ ਹੋਇਆ ਚਾਹੇ ਉਹ ਕੰਮ ਕਰਨਗੇ ਵਿਅਕਤੀ ਨੇ ਉੱਥੇ ਫਸੇ ਹੋਇਆ ਉਹ ਸਹੀ ਸਲਾਮਤ ਆਪਣੇ ਪਰਿਵਾਰਾਂ ਦੇ ਵਿੱਚ ਖੁਸ਼ੀ-ਖੁਸ਼ੀ ਪਰਤਣ ਮੈਂ ਗੁਰਪ੍ਰੀਤ ਸਿੰਘ ਅਣਖੀ ਮੈਲਕਲਾ ਤੋਂ ਅਜੀਤ ਵੈਬ ਟੀਵੀ ਲਈ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫਾਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫਾਲੋ ਕਰੋ ਸਾਡਾ